गुड मॉर्निंग। आज लेडीज भी चले बंदी गिरफ्तार हुए ने ते की समान बरामद हो गया तीन केसां दी हुंदी ये तिना केसां दे विच जिहड़ा अपना साडे वल्लों जिहड़ा मुकदमा है एक च तीन बाइक रिकवर हुए आ ते तीन दोषी अरैसट कीते आ ते दूसरा मुकदमा सी जिंदे विच चोर इन्होंने अपना एक्सचेंज दे विचों चोरी की सी उन्दे विच दो लेडीज़ नूं अरैसट कीता ते इन्हां पासों 25 मड्यूल ते दो स्टेपलाइजर टाइप चीज़ बरामद हुई है ते एक मुकदमा सी अपना 2554 एक्ट आर्म्स एक्ट का जिंदे विच सानू दो कापे ते एक विंडासी टकुआ टाइप बरामदगी हुई है ते एक उन्हां कोल बाइक रिकवर होया। सर इन्हें वारदाता के पिछे का कारण की समझते हो? नशा समझते हो बेरोजगारी से? इस संबंधी जिहड़ा वारदाता अंजाम देना है ये तकरीबन ही चिट्टे के आदि ने दोषी तो जिहड़ा लेडीज़ वालों है वो बेरोजगारी करके उन्होंने जिहड़ियां वारदातों अंजाम दे दिए। फरदर किस तरह की कार्रवाई रह रही है जी हुण इहदे च की कार्रवाई रहेगी? इहदे च हले रिमांड लैके होर जो रिकवरी की जाएगी साडे वल्लों वध तों वध जो भी सानू ਕਲਿਊ ਮਿਲਿਆ ਅਸੀਂ ਉਸ 'ਤੇ ਕੰਮ ਕਰਕੇ ਉਹਨਾਂ ਦਾ ਰਿਕਵਰੀ ਕਰਾਂਗੇ। ਜਿਹੜੇ ਗ੍ਰਿਫਤਾਰੀ ਹੋਏ ਨੇ ਬੰਦੇ ਉਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ ਪੁਰਾਣਾ? ਇਸ ਸੰਬੰਧੀ ਹਾਲੇ ਵੈਰੀਫਾਈ ਕੀਤਾ ਜਾ ਰਿਹਾ ਕਿ ਇਹਨਾਂ ਸੰਬੰਧੀ ਕੋਈ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ। ਉਹ ਤੁਸੀਂ ਥਾਣਿਆਂ ਤੋਂ ਲੈ ਰਹੇ ਹਾਂ ਇਹਨਾਂ ਸੰਬੰਧੀ ਰਿਕਾਰਡ ਹਾਸਲ ਕਰ ਰਹੇ ਹਾਂ। ਇਹ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਜਿਹੜਾ ਸਮਾਨ ਬਰਾਮਦ ਹੋਇਆ ਜੀ ਇਹਨਾਂ ਕੀਮਤ ਆਕੀ ਜਾਵੇ ਤਾਂ ਕਿੰਨੀ ਕੀਮਤ ਦੇ ਇਹ ਜਿਹੜੇ ਸਮਾਨ ਬਰਾਮਦ ਹੋਏ? ਜਿਹੜੇ ਤਿੰਨ ਬਾਈਕ ਹੋਏ ਆ ਰਿਕਵਰ ਤਕਰੀਬਨ ਇੱਕ ਮੋਟਰਸਾਈਕਲ ਜਿਹੜੇ ਤਿੰਨ ਰਿਕਵਰ ਹੋਏ ਆ ਇਹਨਾਂ ਦੀ ਕਰੀਬ 60-70 ਹਜ਼ਾਰ ਰੁਪਏ ਕੀਮਤ ਹੈਗੀ ਇੱਕ ਬਾਈਕ ਦੀ ਜੋ ਰਿਕਵਰੀ ਹੋਈ ਆ। ਬੰਦੇ ਗ੍ਰਿਫਤਾਰ ਹੋਏ ਨੇ ਅਤੇ ਕੀ ਸਮਾਨ ਬਰਾਮਦ ਹੋ ਗਿਆ ਤਿੰਨੇ ਕੇਸਾਂ ਦੀ ਹੁੰਦੀ? ਇਹ ਤਿੰਨਾਂ ਕੇਸਾਂ ਦੇ ਵਿੱਚ ਜਿਹੜਾ ਆਪਣਾ ਸਾਡੇ ਵੱਲੋਂ ਜਿਹੜਾ ਮੁਕਦਮਾ ਹੈ ਇੱਕ 'ਚ ਤਿੰਨ ਬਾਈਕ ਰਿਕਵਰ ਹੋਏ ਆ ਅਤੇ ਤਿੰਨ ਦੋਸ਼ੀ ਅਰੈਸਟ ਕੀਤੇ ਆ ਅਤੇ ਦੂਸਰਾ ਮੁਕਦਮਾ ਸੀ ਜਿਹਦੇ ਵਿੱਚ ਚੋਰ ਇਹਨਾਂ ਨੇ ਆਪਣਾ ਐਕਸਚੇਂਜ ਦੇ ਵਿੱਚੋਂ ਚੋਰੀ ਕੀਤੀ ਸੀ ਉਹਦੇ ਵਿੱਚ ਦੋ ਲੇਡੀਜ਼ ਨੂੰ ਅਰੈਸਟ ਕੀਤਾ ਅਤੇ ਇਹਨਾਂ ਪਾਸੋਂ 25 ਮਡਿਊਲ ਅਤੇ ਦੋ ਸਟੈਪਲਾਈਜ਼ਰ ਟਾਈਪ ਚੀਜ਼ ਬਰਾਮਦ ਹੋਈ ਆ ਅਤੇ ਇੱਕ ਮੁਕਦਮਾ ਸੀ ਆਪਣਾ 2554 ਐਕਟ ਆਰਮਸ ਐਕਟ ਦਾ ਜਿਹਦੇ ਵਿੱਚ ਸਾਨੂੰ ਦੋ ਕਾਪੇ ਅਤੇ ਇੱਕ ਵਿੰਡਾਸੀ ਟਕੂਆ ਟਾਈਪ ਬਰਾਮਦਗੀ ਹੋਈ ਹੈ ਅਤੇ ਇੱਕ ਉਹਨਾਂ ਕੋਲ ਬਾਈਕ ਰਿਕਵਰ ਹੋਇਆ। ਸਰ ਇਹਦੇ ਵਾਰਦਾਤਾਂ ਦੇ ਪਿੱਛੇ ਦਾ ਕਾਰਨ ਕੀ ਸਮਝਦੇ ਹੋ? ਨਸ਼ਾ ਸਮਝਦੇ ਹੋ ਬੇਰੋਜ਼ਗਾਰੀ? ਇਸ ਸੰਬੰਧੀ ਜਿਹੜਾ ਵਾਰਦਾਤਾਂ ਨੂੰ ਇਲਜ਼ਾਮ ਦੇਣਾ ਹੈ ਇਹ ਤਕਰੀਬਨ ਹੀ ਚਿੱਟੇ ਦੇ ਆਦਿ ਨੇ ਦੋਸ਼ੀ ਅਤੇ ਜਿਹੜਾ ਲੇਡੀਜ਼ ਵੱਲੋਂ ਆ ਉਹ ਬੇਰੁਜ਼ਗਾਰੀ ਕਰਕੇ ਉਹਨਾਂ ਨੇ ਜਿਹੜੀਆਂ ਵਾਰਦਾਤਾਂ ਨੂੰ ਇਲਜ਼ਾਮ ਦੇ ਦਿੱਤੇ। ਫਰਦਰ ਕਿਸ ਤਰ੍ਹਾਂ ਦੀ ਕਾਰਵਾਈ ਰਹਿ ਰਹੀ ਹੈ ਜੀ ਹੁਣ ਇਹਦੇ 'ਚ ਕੀ ਕਾਰਵਾਈ ਰਹੇਗੀ? ਇਹਦੇ 'ਚ ਹਾਲੇ ਰਿਮਾਂਡ ਲੈ ਕੇ ਹੋਰ ਜੋ ਰਿਕਵਰੀ ਕੀਤੀ ਜਾਏਗੀ ਸਾਡੇ ਵੱਲੋਂ ਵੱਧ ਤੋਂ ਵੱਧ ਜੋ ਵੀ ਸਾਨੂੰ ਕਲਿਊ ਮਿਲਿਆ ਅਸੀਂ ਉਸ 'ਤੇ ਕੰਮ ਕਰਕੇ ਉਹਨਾਂ ਦੀ ਰਿਕਵਰੀ ਕਰਾਂਗੇ। ਜਿਹੜੇ ਗ੍ਰਿਫਤਾਰੀ ਹੋਏ ਨੇ ਬੰਦੇ ਉਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਹੈ ਜੀ ਪੁਰਾਣਾ? ਇਸ ਸੰਬੰਧੀ ਹਾਲੇ ਵੈਰੀਫਾਈ ਕੀਤਾ ਜਾ ਰਿਹਾ ਕਿ ਇਹਨਾਂ ਸੰਬੰਧੀ ਕੋਈ ਪਹਿਲਾਂ ਕੋਈ ਮੁਕਦਮਾ ਦਰਜ ਹੈ ਜਾਂ ਨਹੀਂ। ਉਹ ਤੁਸੀਂ ਥਾਣਿਆਂ ਤੋਂ ਲੈ ਰਹੇ ਹਾਂ ਇਹਨਾਂ ਸੰਬੰਧੀ ਰਿਕਾਰਡ ਹਾਸਲ ਕਰ ਰਹੇ ਹਾਂ। ਇਹ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਜਿਹੜਾ ਸਮਾਨ ਬਰਾਮਦ ਹੋਇਆ ਜੀ ਇਹਨਾਂ ਕੀਮਤ ਆਕੀ ਜਾਵੇ ਤਾਂ ਕਿੰਨੀ ਕੀਮਤ ਦੇ ਇਹ ਜਿਹੜੇ ਸਮਾਨ ਬਰਾਮਦ ਹੋ? ਜਿਹੜੇ ਤਿੰਨ ਬਾਈਕ ਹੋਏ ਆ ਰਿਕਵਰ ਤਕਰੀਬਨ ਇੱਕ ਮੋਟਰਸਾਈਕਲ ਜਿਹੜੇ ਤਿੰਨ ਰਿਕਵਰ ਹੋਏ ਆ ਇਹਨਾਂ ਦੀ ਕਰੀਬ 60-70 ਹਜ਼ਾਰ ਰੁਪਏ ਕੀਮਤ ਹੈਗੀ ਇੱਕ ਬਾਈਕ ਦੀ ਜੋ ਰਿਕਵਰੀ ਹੋਈ ਆ।